ਅੰਤਰਰਾਸ਼ਟਰੀ ਮਹਿਲਾ ਦਿਵਸ ਜਿੱਥੇ ਪੂਰੇ ਸੰਸਾਰ ਪੰਜਾਬ ਅਤੇ ਭਾਰਤ ਵਿੱਚ ਮਨਾਇਆ ਜਾ ਰਿਹਾ ਹੈ, ਉੱਥੇ ਹੀ ਇਸ ਮੌਕੇ ਤੇ ਪਟਿਆਲਾ ਤੋਂ ਸਾਂਸਦ ਮਹਾਰਾਣੀ ਪਰਨੀਤ ਕੌਰ ਸਮੇਤ 125 ਮਹਿਲਾਵਾਂ ਦਾ ਗਰੁੱਪ ਕਰਤਾਰਪੁਰ ਕੋਰੀਡੋਰ ਦੇ ਰਸਤੇ ਪਾਕਿਸਤਾਨ ਵਿੱਚ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਗਿਆ। ਇਸ ਮੌਕੇ ਤੇ ਸਾਂਸਦ ਗੁਰਜੀਤ ਔਜਲਾ, ਕੈਬਨਿਟ ਮੰਤਰੀ ਚਰਨਜੀਤ ਚੰਨੀ ਅਤੇ ਮੰਤਰੀ ਸੁਖਜਿੰਦਰ ਰੰਧਾਵਾ ਵੀ ਮੌਜੂਦ ਰਹੇ। ਮੰਤਰੀ ਚਰਨਜੀਤ ਚੰਨੀ ਵੀ ਮਹਿਲਾਵਾਂ ਦੇ ਇਸ ਗਰੁੱਪ ਨਾਲ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਗਏ ਹਨ। ਇਸ ਮੌਕੇ ਤੇ ਮਹਾਰਾਣੀ ਪਰਨੀਤ ਕੌਰ ਦਾ ਕਹਿਣਾ ਸੀ ਕਿ ਮਹਿਲਾ ਦਿਵਸ ਦੇ ਮੌਕੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਜਾਣਾ ਇੱਕ ਵੱਡਾ ਕਦਮ ਹੈ। ਉਹਨਾਂ ਨੇ ਇਸ ਲਈ ਗੁਰੂ ਸਾਹਿਬ ਦਾ ਸ਼ੁਕਰਾਨਾ ਕੀਤਾ। ਉਹਨਾਂ ਨੇ ਕਿਹਾ ਕਿ ਕਾਂਗਰਸ ਮਹਿਲਾਵਾਂ ਦੇ 33% ਆਰਕਸ਼ਣ ਲਈ ਲੜ ਰਹੀ ਹੈ। ਆਰਗੇਨਾਈਜੇਸ਼ਨ ਅੰਮ੍ਰਿਤਸਰ ਚ ਹੈ, ਫਲੋਰ ਲੇਡੀਜ਼ ਦੀ, ਤੇ 2 ਸਾਲ ਪਹਿਲੇ ਸ਼ੁਰੂਆਤ ਹੋਈ ਸੀ। ਅੱਜ ਮੈਂ ਸ਼ੁਰੂਆਤ ਜਦ ਉਹਨਾਂ ਦਾ ਹੋਇਆ ਸੀ ਆਰਗੇਨਾਈਜੇਸ਼ਨ ਦਾ, ਉਦੋਂ ਮੈਂ ਇਹਨਾਂ ਦੇ ਨਾਲ ਹੀ ਸੀ ਔਰ ਅੱਜ ਵੀ ਇਹਨਾਂ ਦੇ ਨਾਲ ਅਸੀਂ ਕਰਤਾਰਪੁਰ ਸਾਹਿਬ ਮੱਥਾ ਟੇਕਣ ਜਾ ਰਹੇ ਹਾਂ, ਵਾਹਿਗੁਰੂ ਦੀ ਸ਼ੁਕਰਾਨਾ ਕਰਨਾ ਜਾ ਰਹੇ ਹਾਂ ਕਿ ਸਾਨੂੰ ਵਿਮੈਨਸ ਇੰਪਾਵਰਮੈਂਟ ਮਿਲੀ ਔਰ ਅੱਜ ਦੁਨੀਆ ਦੇ ਵਿੱਚ ਇੰਟਰਨੈਸ਼ਨਲ ਵਿਮੈਨਸ ਡੇ ਮਨਾਇਆ ਜਾ ਰਿਹਾ। ਸਾਰਾ ਕੁਛ ਕਰ ਰਹੀ ਹੈ, ਤੁਸੀਂ ਆਪਣਾ ਫੋਨ ਔਨ ਕਰੋ ਤਾਂ ਨਾਲ ਦੀ ਨਾਲ ਤੁਹਾਨੂੰ ਮੈਸੇਜ ਆ ਜਾਂਦਾ ਕਿ ਕੀ ਕਰਨਾ ਕੀ ਨਹੀਂ। ਮੈਂ ਵੁਮੈਨ ਇੰਪਾਵਰਮੈਂਟ ਦੀ ਗੱਲ ਬਹੁਤ ਲੰਬੇ ਸਮੇਂ ਤੋਂ ਹੁੰਦੀ ਆ ਰਹੀ ਹੈ। ਗੁਰੂ ਨਾਨਕ ਦੇਵ ਜੀ ਨੇ ਕਿਹਾ ਸੀ ਕਿ ਸੋਕ ਮੰਦਾ ਕੇ ਜਿੱਤੇ ਮੈਂ ਰਾਜਾਨ, ਪਰ ਨੈਸ਼ਨਲ ਲੈਵਲ ਤੇ ਹਾਲੇ ਵੀ ਇੰਡੀਅਨ ਵੁਮੈਨ ਦਾ ਜਿਹੜਾ ਰੁਤਬਾ ਬਹੁਤ ਪਿੱਛੇ ਹੈ, ਤੁਸੀਂ ਇਸ ਨੂੰ ਕਿਸ ਤਰੀਕੇ ਨਾਲ ਵੇਖਦੇ ਹੋ? ਦੇਖੋ, ਕੋਸ਼ਿਸ਼ ਹੋ ਰਹੀ ਹੈ, ਬਹੁਤ ਅੱਗੇ ਅਸੀਂ ਵੱਧ ਗਏ ਹੈ ਔਰ ਸਾਡੀ ਕਾਂਗਰਸ ਪਾਰਟੀ 33% ਲਈ ਅੱਜ ਵੀ ਲੜ ਰਹੀ ਹੈ ਕਿ ਰੈਪ੍ਰੈਜੈਂਟੇਸ਼ਨ ਜ਼ਿਆਦਾ ਹੋਈ ਪਾਰਲੀਮੈਂਟ ਦੇ ਵਿੱਚ, ਸਾਰੇ ਕਾਨੂੰਨ ਬਣਦੇ ਨੇ ਪੂਰੇ ਇੰਡੀਆ ਦੇ। ਉੱਥੇ ਹੀ ਇਸ ਮੌਕੇ ਸਾਂਸਦ ਗੁਰਜੀਤ ਔਜਲਾ ਦਾ ਕਹਿਣਾ ਸੀ ਕਿ ਮਹਿਲਾ ਦਿਵਸ ਦੇ ਮੌਕੇ ਤੇ 125 ਮਹਿਲਾਵਾਂ ਦਾ ਗਰੁੱਪ ਮਹਾਰਾਣੀ ਪਰਨੀਤ ਕੌਰ ਦੀ ਅਗਵਾਈ ਵਿੱਚ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਗਿਆ ਹੈ। ਉਹਨਾਂ ਦਾ ਕਹਿਣਾ ਸੀ ਕਿ ਕੋਰੋਨਾ ਵਾਇਰਸ ਦੀ ਰੋਕਥਾਮ ਲਈ ਸਰਕਾਰ ਚੰਗੇ ਕਦਮ ਚੁੱਕ ਰਹੀ ਹੈ ਅਤੇ ਲੋਕਾਂ ਨੂੰ ਇਤਿਹਾਤ ਵਰਤਣ ਦੀ ਵੀ ਅਪੀਲ ਕਰ ਰਹੀ ਹੈ। ਇੰਟਰਨੈਸ਼ਨਲ ਵੁਮੈਨਸ ਡੇ ਦੇ ਉੱਤੇ ਇੱਕ ਫਿੱਕੀ ਫਲੋ ਵੱਲੋਂ, ਜਿਹੜਾ ਅੰਮ੍ਰਿਤਸਰ ਦਾ ਚੈਪਟਰ ਹੈ ਪੰਜਾਬ ਵੱਲੋਂ, ਲੇਡੀਜ਼ ਦਾ ਜਿਹੜਾ ਜੱਥਾ ਹੈ ਉਹ ਪਾਕਿਸਤਾਨ ਗਿਆ। ਸੋਕ ਮੰਦਾ ਆਖੀ ਜਿਤ ਜੰਮੇ ਰਜਾਨ, ਗੁਰੂ ਨਾਨਕ ਦੇਵ ਜੀ ਦੀ ਬਾਣੀ ਨੂੰ, ਗੁਰੂ ਨਾਨਕ ਦੇਵ ਜੀ ਵੱਲੋਂ ਜਿਹੜੇ ਸਮਾਜ ਸੁਧਾਰ ਦੀਆਂ ਲਹਿਰਾਂ ਅੱਜ ਤੋਂ 550 ਸਾਲ ਪਹਿਲਾਂ ਚਲਾਈਆਂ ਗਈਆਂ, ਉਹਨੂੰ ਸਮਰਪਿਤ ਹੋ ਗਈ ਗੁਰੂ ਨਾਨਕ ਦੇਵ ਦੀ ਬਾਣੀ ਨੂੰ। ਅੱਜ ਅੰਤਰਰਾਸ਼ਟਰੀ ਜਿਹੜਾ ਵੁਮੈਨ ਡੇ ਆ ਉਹਦੇ 'ਤੇ ਜਥਾ ਮਹਾਰਾਣੀ ਪਰਨੀਤ ਕੌਰ ਜੀ ਲੀਡ ਕਰਕੇ ਗਏ ਨੇ ਔਰ ਇਹਨਾਂ ਦੀ ਚੇਅਰਮੈਨ ਰੁਸ਼ੀ ਔਰ ਉਹਨਾਂ ਦੇ ਚੈਪਟਰ ਵੱਲੋਂ ਪੂਰਾ ਪ੍ਰਬੰਧ ਕੀਤਾ ਗਿਆ ਔਰ ਸੰਪੂਰਨ ਤੌਰ 'ਤੇ ਜਿਹੜੀ ਨਾਰੀ ਚੇਤਨਾ ਆ, ਨਾਰੀ ਦਾ ਸਸ਼ਕਤੀਕਰਨ ਆ, ਉਹਦੇ ਵਾਸਤੇ ਅੱਜ ਦਾ ਦਿਨ ਜਿਹੜਾ ਆ ਇਹ ਅੰਤਰਰਾਸ਼ਟਰੀ ਪੱਧਰ 'ਤੇ ਮਨਾਇਆ ਜਾਂਦਾ ਔਰ ਸਾਡੇ ਲਈ ਖੁਸ਼ੀ ਦੀ ਗੱਲ ਹੈ ਕਿ ਮਹਾਰਾਣੀ ਸਾਹਿਬ ਨੇ ਅੱਜ ਗੁਰੂ ਨਾਨਕ ਦੇਵ ਜੀ ਦੇ ਕਰਤਾਰਪੁਰ ਸਾਹਿਬ ਵਿਖੇ ਨਤਮਸਤਕ ਹੋ ਕੇ ਅੱਜ ਦੇ ਦਿਨ ਨਾਰੀ ਵਾਸਤੇ ਉਹਦੀ ਸਸ਼ਕਤੀਕਰਨ ਵਾਸਤੇ ਹੋਰ ਵੀ ਅਰਦਾਸ ਬੇਨਤੀਆਂ ਕਰਦੇ ਹਾਂ। 125 ਦਾ ਜਥਾ ਹੋ ਗਿਆ ਹੈ, 150-250 ਦਾ ਸੀ ਪਰ ਕੋਰੋਨਾ ਵਾਇਰਸ ਕਰਕੇ ਕੁਛ ਨਹੀਂ ਆਏ। ਗੁਰਦਾਸਪੁਰ ਤੋਂ ਅਵਤਾਰ ਸਿੰਘ ਦੀ ਸਪੈਸ਼ਲ ਰਿਪੋਰਟ ਦੇ ਨਾਲ ਬਿਊਰੋ ਰਿਪੋਰਟ ਦਾ TV NRI।